ਤਾਂ ਕੁਐਸਚਨਸ ਦੇ ਬਾਰੇ ਬੱਚੇ ਸੋਚਦੇ ਨੇ ਯਾਰ ਸਾਰੀ ਤਾਂ ਮੈਂ ਪੰਜਾਬ ਹਿਸਟਰੀ ਐਂਡ ਕਲਚਰ ਪੜ੍ਹ ਲਿਆ ਬਟ ਇਹ ਕੁਐਸਚਨ ਤਾਂ ਮੈਂ ਕਿਤੇ ਦੇਖਿਆ ਨਹੀਂ ਸੋ ਆਪਾਂ ਉਨਾ ਹੀ ਸਾਰੇ ਕੁਐਸਚਨਸ ਨੂੰ ਸੋ ਛੋਟੇ ਤੋਂ ਛੋਟਾ ਈਜ਼ੀ ਤੋਂ ਈਜ਼ੀ ਅਤੇ ਟਫ ਤੋਂ ਟਫ ਹਰ ਟੋਪਿਕ ਵਾਈਜ਼ ਹਰ ਸੈਸ਼ਨ ਨੂੰ ਆਪਾਂ ਕੀ ਕਰਦੇ ਜਾਵਾਂਗੇ ਕੰਡਕਟ ਕਰਦੇ ਜਾਵਾਂਗੇ ਟੋਪਿਕ ਵਾਈਜ਼ ਹਰ ਕੁਐਸਚਨਸ ਨੂੰ ਦੀ ਗੱਲਬਾਤ ਕਰਾਂਗੇ ਫਸਟ ਵੀਡੀਓ ਰਹੀ ਸੀ ਜਿਹਦੇ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਦੇ ਰਿਗਾਰਡਿੰਗ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਸੀ ਉਹਨਾਂ ਨੂੰ ਡਿਸਕਸ ਕਰ ਚੁੱਕੇ ਹਾਂ ਸੋ ਅੱਜ ਦੀ ਸੀਰੀਜ਼ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਫਰੂਟਫੁੱਲੀ ਰਹੇਗੀ ਸੋ ਸਾਰੀ ਸੀਰੀਜ਼ ਨੂੰ ਤੁਸੀਂ ਦੇਖਦੇ ਜਾਣਾ ਅਤੇ ਆਪਣਾ ਇੱਕ ਲਿੰਕਅਪ ਬਣਾਉਂਦੇ ਜਾਣਾ ਕਿ ਹਾਂਜੀ ਪੰਜਾਬ ਹਿਸਟਰੀ ਐਂਡ ਕਲਚਰ ਦਾ ਕੋਈ ਵੀ ਕੁਐਸਚਨ ਆਵੇ ਅਸੀਂ ਛੱਡਣਾ ਨਹੀਂ ਐਗਜ਼ਾਮ ਦੇ ਵਿੱਚ ਠੀਕ ਹੈ ਜੀ ਸੋ ਲੈਟਸ ਸਟਾਰਟ ਅੱਜ ਦੀ ਸੀਰੀਜ਼ ਨੂੰ ਸਟਾਰਟ ਕਰਦੇ ਹਾਂ ਜਿਹਦੇ ਵਿੱਚ ਕੁਐਸਚਨ ਹੋਣਗੇ ਮਿਸਲ ਦੇ ਰਿਗਾਰਡਿੰਗ ਠੀਕ ਹੈ ਅਹਿਮਦ ਸ਼ਾਹ ਅਬਦਾਲੀ ਦੇ ਰਿਗਾਰਡਿੰਗ ਦਲ ਖਾਲਸਾ ਦੇ ਰਿਗਾਰਡਿੰਗ ਤੱਟ ਖਾਲਸਾ ਦੇ ਰਿਗਾਰਡਿੰਗ ਠੀਕ ਹੈ ਜੀ ਸੋ ਸਰਬੱਤ ਖਾਲਸਾ ਦੇ ਰਿਗਾਰਡਿੰਗ ਸੋ ਉਹ ਕੋਰ ਟੋਪਿਕ ਜਿਹਦੇ ਵਿੱਚੋਂ ਇੱਕ ਅੱਧਾ ਕੁਐਸਚਨ ਐਗਜ਼ਾਮਿਨਰ ਐਗਜ਼ਾਮ ਦੇ ਵਿੱਚ ਬੱਚੇ ਨੂੰ ਅਡਾਉਣ ਵਾਸਤੇ ਪਾ ਹੀ ਦਿੰਦਾ ਸੋ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਹੈ ਕਹਿੰਦੇ ਵਟ ਰਿਵਾਰਡ ਵਾਸ ਗਿਵਨ ਟੂ ਦੋਸ ਵਿੱਚ ਹੂ ਅਚੀਵਡ ਸਮਥਿੰਗ ਡਿਊਰਿੰਗ ਦਾ ਮਿਸਲ ਪੀਰੀਅਡ ਕਹਿੰਦੇ ਮਿਸਲ ਪੀਰੀਅਡ ਦੇ ਵਿੱਚ ਜੇ ਕੋਈ ਬੰਦਾ ਕੁਛ ਅਚੀਵ ਕਰਦਾ ਸੀ ਤਾਂ ਉਸਨੂੰ ਰਿਵਾਰਡ ਦੇ ਬੇਸ ਦੇ ਉੱਤੇ ਗਿਫਟ ਦੇ ਆਧਾਰ ਦੇ ਉੱਤੇ ਕੀ ਦਿੱਤਾ ਜਾਂਦਾ ਸੀ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਕੀ ਇਨਾਮ ਦਿੱਤਾ ਗਿਆ ਜਿਨ੍ਹਾਂ ਨੇ ਮਿਸਲ ਪੀਰੀਅਡ ਦੇ ਦੌਰਾਨ ਕੁਛ ਪ੍ਰਾਪਤ ਕੀਤਾ ਸੀ ਕਹਿੰਦੇ ਮਿਸਲ ਪੀਰੀਅਡ ਦੇ ਦੌਰਾਨ ਜਿਨ੍ਹਾਂ ਨੇ ਕੁਛ ਪ੍ਰਾਪਤ ਕੀਤਾ ਸੀ ਉਹਨਾਂ ਨੂੰ ਕੀ ਦਿੱਤਾ ਜਾਂਦਾ ਸੀ ਆਪਸ਼ਨ ਬੀ ਇਜ਼ ਅ ਰਾਈਟ ਆਨਸਰ ਉਹਨਾਂ ਨੂੰ ਜਗੀਰ ਦਿੱਤੀ ਜਾਂਦੀ ਸੀ ਠੀਕ ਹੈ ਜੀ ਕੀ ਦਿੱਤਾ ਜਾਂਦਾ ਸੀ ਉਹਨਾਂ ਨੂੰ ਜਗੀਰ ਦਿੱਤੀ ਜਾਂਦੀ ਸੀ ਆਪਸ਼ਨ ਬੀ ਇਜ਼ ਅ ਰਾਈਟ ਆਨਸਰ ਸੋ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਕਹਿੰਦੇ ਵਿਚ ਅਮੰਗ ਦਾ ਫੋਲੋਇੰਗ ਇਜ਼ ਨੋਟ ਟਰੂ ਇਨ ਦਾ ਕੇਸ ਆਫ ਦਾ ਮੀਨਿੰਗ ਆਫ ਵਰਡ ਮਿਸਲ ਕੁਛ ਨੀਚੇ ਆਪਸ਼ਨਸ ਨੇ ਜਿਨ੍ਹਾਂ ਦੇ ਵਿੱਚ ਸਨਨੀਅਮ ਹੁੰਦੇ ਆ ਨਾ ਸਮਾਨ ਅਰਥਕ ਸ਼ਬਦ ਕਿਤੇ ਮਿਸਲ ਦੇ ਸਮਾਨ ਅਰਥਕ ਜੋ ਮੀਨਿੰਗ ਨਿਕਲਦਾ ਮਿਸਲ ਦੇ ਉਹ ਦਿੱਤੇ ਹੋਏ ਨੇ ਅਤੇ ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜਾ ਆਪਸ਼ਨ ਹੈ ਜੋ ਮਿਸਲ ਦੇ ਅਰਥ ਨੂੰ ਬਿਆਨ ਨਹੀਂ ਕਰਦਾ ਪਹਿਲਾ ਜੀ ਇਕੁਅਲ ਦੇਖੋ ਮਿਸਲਸ ਕੀ ਸੀ ਇਕੁਅਲੀ ਡਿਵਾਈਡ ਰੀਜ਼ਨ ਸੀ ਸੋ ਇਕੁਅਲ ਤਾਂ ਬਿਲਕੁਲ ਸਹੀ ਹੈ ਡਿਵੀਜ਼ਨ ਵੀ ਸੀ ਉਹ ਅ ਕਲੈਕਸ਼ਨ ਆਫ ਮਿਲੀਟੀਆ ਵੀ ਸੀ ਬਟ ਉਹ ਕੀ ਨਹੀਂ ਸੀ ਡਾਇਨੈਸਟੀ ਨਹੀਂ ਸੀ ਕਿਸੇ ਤਰੀਕੇ ਦੇ ਕੋਈ ਰਾਜਵੰਸ਼ ਨਹੀਂ ਸੀ ਹੁੰਦੀਆਂ ਮਿਸਲਾਂ ਨੈਕਸਟ ਕੁਐਸਚਨ ਹੈ ਕਹਿੰਦੇ ਵਟ ਵਾਜ਼ ਦਾ ਚੀਫ ਆਫ ਸਿੱਖ ਮਿਸਲ ਕਾਲਡ ਕਹਿੰਦੇ ਜੋ ਇਹ 100% ਸ਼ੋਰਿਟੀ ਜੇ ਵਾਲਾ ਕੁਐਸਚਨ ਹੈ ਕਿ ਐਸੇ ਕੁਐਸਚਨ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਕਹਿੰਦੇ ਜਿਹੜਾ ਮੇਨ ਬੰਦਾ ਹੁੰਦਾ ਸੀ ਠੀਕ ਹੈ ਸਿੱਖ ਮਿਸਲਸ ਦਾ ਉਸਨੂੰ ਕੀ ਕਿਹਾ ਜਾਂਦਾ ਸੀ ਚੀਫ ਨੂੰ ਕੀ ਕਿਹਾ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਆਪਸ਼ਨ ਬੀ ਇਜ਼ ਆ ਰਾਈਟ ਆਨਸਰ ਮਿਸਲਦਾਰ ਹੁਣ ਕੁਛ ਬੱਚੇ ਸਰਦਾਰ ਵੀ ਟਿੱਕ ਕਰੇ ਆਉਂਦੇ ਨੇ ਠੀਕ ਹੈ ਸੋ ਸਰਦਾਰ ਨਹੀਂ ਹੈ ਜੀ ਇਸ ਕੁਐਸਚਨ ਦਾ ਆਪਸ਼ਨ ਹੈ ਇਹ ਮਿਸਲਦਾਰ ਇਜ਼ ਆ ਰਾਈਟ ਆਨਸਰ ਠੀਕ ਹੈ ਕੀ ਕਿਹਾ ਜਾਂਦਾ ਸੀ ਮਿਸਲਦਾਰ ਕਿਹਾ ਜਾਂਦਾ ਸੀ ਨੈਕਸਟ ਕੁਐਸਚਨ ਹੈ ਕਹਿੰਦੇ ਵਿਚ ਆਫ ਦਾ ਫੋਲੋਇੰਗ ਵਾਸ ਸੁਪਰੀਮ ਕੋਰਟ ਟੂ ਦਾ ਸਿੱਖ ਡਿਊਰਿੰਗ ਦਾ ਪੀਰੀਅਡ ਆਫ ਮਿਸਲਸ 200% ਇੰਪੋਰਟੈਂਟ ਕੁਐਸਚਨ ਹੈ ਜੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਸਲਾਈਡ ਨੂੰ ਆਪਾਂ ਥੋੜ੍ਹਾ ਉੱਤੇ ਕਰ ਲੈਂਦੇ ਹਾਂ ਫੋਰਥ ਕੁਐਸਚਨ ਹੈ ਕਹਿੰਦੇ ਜੋ ਵਿਚ ਆਫ ਦਾ ਫੋਲੋਇੰਗ ਵਾਸ ਦਾ ਸੁਪਰੀਮ ਕੋਰਟ ਕਹਿੰਦੇ ਸਿੱਖਾਂ ਦੀ ਸੁਪਰੀਮ ਕੋਰਟ ਕਿਹੜੀ ਹੁੰਦੀ ਸੀ ਮਿਸਲਾਂ ਦੇ ਸਮੇਂ ਤੇ ਠੀਕ ਹੈ ਇਹ ਕੁਐਸਚਨ 200% ਸ਼ੋਰਿਟੀ ਵਾਲਾ ਕੁਐਸਚਨ ਹੈ ਕਿ ਐਸਾ ਕੁਐਸਚਨ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਕਿਸ ਨੂੰ ਕਿਹਾ ਜਾਂਦਾ ਸੀ ਸਿੱਖਾਂ ਦੀ ਸੁਪਰੀਮ ਕੋਰਟ ਤਾਂ ਕਿਹਾ ਜਾਂਦਾ ਸੀ ਜੀ ਸਰਬੱਤ ਖਾਲਸਾ ਨੂੰ ਆਪਸ਼ਨ ਏ ਇਜ਼ ਆ ਰਾਈਟ ਆਨਸਰ ਕਿਸ ਨੂੰ ਕਿਹਾ ਜਾਂਦਾ ਸੀ ਸਰਬੱਤ ਖਾਲਸਾ ਨੂੰ ਕਿਹਾ ਜਾਂਦਾ ਸੀ ਨੈਕਸਟ ਕੁਐਸਚਨ ਹੈ ਕਹਿੰਦੇ ਹੂ ਵਾਸ ਚੀਫ ਕਮਾਂਡਰ ਆਫ ਦਲ ਖਾਲਸਾ ਕਹਿੰਦੇ ਦਲ ਖਾਲਸਾ ਦੇ ਚੀਫ ਕਮਾਂਡਰ ਕੌਣ ਸਨ ਇਹ ਵੀ ਤੁਸੀਂ 100% ਸ਼ੋਰਿਟੀ ਵਾਲਾ ਕੁਐਸਚਨ ਮੰਨੋ ਕਿ ਇਹ ਕੁਐਸਚਨ ਐਗਜ਼ਾਮੀਨਰ ਅਡਾਉਣ ਵਾਸਤੇ ਤੁਹਾਨੂੰ ਪਾਏਗਾ ਹੀ ਪਾਏਗਾ ਕਿ ਦਲ ਖਾਲਸਾ ਦੇ ਚੀਫ ਕਮਾਂਡਰ ਕੌਣ ਸਨ ਤਾਂ ਆਨਸਰ ਹੋਏਗਾ ਜੱਸਾ ਸਿੰਘ ਆਲੂਵਾਲੀਆ ਆਪਸ਼ਨ ਬੀ ਇਜ਼ ਆ ਰਾਈਟ ਆਨਸਰ ਕੌਣ ਸਨ ਜੱਸਾ ਸਿੰਘ ਆਲੂਵਾਲੀਆ ਸਨ ਇਹ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਪੁੱਛਿਆ ਵੀ ਗਿਆ ਇਹ ਕੁਐਸਚਨ ਨੈਕਸਟ ਕੁਐਸਚਨ ਹੈ ਕਹਿੰਦੇ ਪਟਿਆਲਾ ਸਟੇਟ ਅੰਡਰ ਵਿੱਚ ਮਿਸਲ ਹੁਣ ਜਿਹੜੇ ਬੱਚੇ ਨੂੰ ਇਹ ਕੁਐਸਚਨ ਨਹੀਂ ਨਾ ਪਤਾ ਫਿਰ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਪਟਿਆਲਾ ਕਿਹੜੀ ਮਿਸਲ ਦੇ ਅੰਡਰ ਹੈ ਇਹ ਆਪਾਂ ਪੜ੍ਹਦੇ ਹੀ ਪੜ੍ਹਦੇ ਹਾਂ ਕਦੋਂ ਪੜ੍ਹਦੇ ਹਾਂ ਜਦੋਂ ਪੈਪਸੂ ਨੂੰ ਪੜ੍ਹਦੇ ਹਾਂ ਠੀਕ ਹੈ ਪੈਪਸੂ ਕਦੋਂ ਬਣੀ ਸੀ ਇਹ 1948 ਦੇ ਵਿੱਚ ਬਣੀ ਸੀ ਇਹ ਕਿਸ ਨੂੰ ਮਿਲ ਕੇ ਬਣੀ ਸੀ ਇਹ ਬਣੀ ਸੀ ਜੀ 8 ਪ੍ਰਿੰਸਲੀ ਸਟੇਟਸ ਨੂੰ ਮਿਲ ਕੇ ਜਿਹਦੇ ਵਿੱਚੋਂ 3 ਸਟੇਟਸ ਆਉਂਦੀਆਂ ਨੇ ਜਿਨ੍ਹਾਂ ਨੂੰ ਫੁਲਕੀਆਂ ਸਟੇਟ ਕਿਹਾ ਜਾਂਦਾ ਸੀ ਕਿਉਂਕਿ ਫੁਲਕੀਆਂ ਮਿਸਲ ਦੇ ਵਿੱਚ ਬਿਲੋਂਗ ਕਰਦੀਆਂ ਸੀ
ਕਿਹੜੀਆਂ ਕਿਹੜੀਆਂ ਸੀ? ਪਟਿਆਲਾ, ਜਿੰਦ ਤੇ ਨਾਭਾ। ਠੀਕ ਹੈ ਜੀ। ਸੋ ਪਟਿਆਲਾ ਵੀ ਕਿਹੜੀ ਮਿਸਲ ਨੂੰ ਬਿਲੋਂਗ ਕਰਦੀ ਸੀ? ਤਾਂ ਉਹ ਕਰਦੀ ਸੀ ਜੀ ਫੁਲਕੀਆਂ ਮਿਸਲ ਨੂੰ। ਆਪਸ਼ਨ ਬੀ ਇਜ਼ ਆ ਰਾਈਟ ਆਨਸਰ। ਸ਼ੋਰਿਟੀ ਵਾਲਾ ਕੁਐਸਚਨ ਹੈ ਜੀ ਇਹ, ਐਗਜ਼ਾਮ ਦੇ ਵਿੱਚ ਆਉਣ ਵਾਲਾ ਹੀ ਕੁਐਸਚਨ ਹੈ ਇਹ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਹੂ ਬਿਲਟ ਫੋਰਟ ਮੁਬਾਰਕ ਇਨ ਪਟਿਆਲਾ? ਕਹਿੰਦੇ ਪਟਿਆਲਾ ਦੇ ਵਿੱਚ ਜਿਹੜਾ ਫੋਰਟ ਮੁਬਾਰਕ ਹੈ, ਕਹਿੰਦੇ ਪਟਿਆਲਾ ਵਿੱਚ ਕਿਸਨੇ ਕਿਲਾ ਮੁਬਾਰਕ ਬਣਵਾਇਆ ਸੀ? ਬਹੁਤ ਸਿੰਪਲ ਕੁਐਸਚਨ ਹੈ ਬਟ ਇੰਪੋਰਟੈਂਟ ਕੁਐਸਚਨ ਹੈ ਕਿ ਪਟਿਆਲਾ ਦੇ ਵਿੱਚ ਕਿਲਾ ਮੁਬਾਰਕ ਕਿਸਨੇ ਬਣਾਇਆ ਸੀ? ਫਸਟਲੀ ਸੋਚ ਕੇ ਆਨਸਰ ਕਰੋ। ਤਾਂ ਆਨਸਰ ਹੋਏਗਾ ਆਪਸ਼ਨ ਬੀ, ਬਾਬਾ ਆਲਾ ਸਿੰਘ ਨੇ। ਠੀਕ ਹੈ ਜੀ। ਕਿੰਨਾ ਨੇ ਬਣਾਇਆ ਸੀ ਪਟਿਆਲਾ ਦੇ ਵਿੱਚ ਫੋਰਟ ਮੁਬਾਰਕ? ਤਾਂ ਬਾਬਾ ਆਲਾ ਸਿੰਘ ਨੇ ਹੀ ਬਣਵਾਇਆ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਵਿੱਚ ਮਿਸਲ ਵਾਸ ਲੈਡ ਬਾਈ ਸਦਾ ਕੌਰ? ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਸਦਾ ਕੌਰ ਦੇ ਦੁਆਰਾ ਕਿਹੜੀ ਮਿਸਲ ਲੈਡ ਕੀਤੀ ਜਾਂਦੀ ਸੀ? ਠੀਕ ਹੈ ਜੀ। ਸੋ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੀ ਮਿਸਲ ਕੀਤੀ ਜਾਂਦੀ ਸੀ। ਇਹ ਕੀਤੀ ਜਾਂਦੀ ਸੀ ਜੀ ਕਨਈਆ ਮਿਸਲ। ਆਪਸ਼ਨ ਏ ਇਜ਼ ਆ ਰਾਈਟ ਆਨਸਰ। ਸਦਾ ਕੌਰ ਜੀ ਕਿਹੜੀ ਮਿਸਲ ਨੂੰ ਲੀਡ ਕਰਦੇ ਸਨ? ਉਹ ਕਰਦੇ ਸਨ ਕਨਈਆ ਮਿਸਲ ਨੂੰ। ਸੋ ਨੈਕਸਟ ਕੁਐਸਚਨ ਹੈ, ਕਹਿੰਦੇ ਇਹਨਾਂ ਵਿੱਚੋਂ ਕਿਸ ਮਿਸਲ ਵਿੱਚ ਸਿਰਫ ਨਿਹੰਗ ਸਨ? ਠੀਕ ਹੈ, ਇਹ ਵੀ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਏਗਾ ਬਟ ਇੰਨਾ ਇੰਪੋਰਟੈਂਟ ਨਹੀਂ ਹੈ ਜਿੰਨਾ ਸਦਾ ਕੌਰ ਵਾਲਾ ਕੁਐਸਚਨ ਇੰਪੋਰਟੈਂਟ ਹੈ। ਕੁਐਸਚਨ ਕੀ ਹੈ? ਕਹਿੰਦੇ ਉਹ ਕਿਹੜੀ ਮਿਸਲ ਸੀ ਜਿਹਦੇ ਵਿੱਚ ਨਿਹੰਗ ਸਨ? ਤਾਂ ਉਹ ਕਿਹੜੀ ਸੀ ਜੀ? ਆਪਸ਼ਨ ਏ ਸ਼ਹੀਦਾਂ ਮਿਸਲ ਸੀ। ਬਾਬਾ ਦੀਪ ਸਿੰਘ ਵਾਲੀ, ਜੋ ਦੀਪ ਸਿੰਘ ਵਾਲੀ ਮਿਸਲ ਸੀ ਸ਼ਹੀਦਾਂ ਮਿਸਲ, ਉਹਦੇ ਵਿੱਚ ਕੌਣ ਮਿਲਦੇ ਸਨ? ਨਿਹੰਗ ਮਿਲਦੇ ਸਨ। ਨੈਕਸਟ ਹੈ ਜੀ ਸਾਡਾ, ਕਹਿੰਦੇ ਵਿੱਚ ਮਿਸਲ ਵਾਜ ਫਸਟ ਟੂ ਕੇਮ ਕਮ ਇਨ ਟੂ ਐਗਜ਼ਿਸਟੈਂਸ? ਕਹਿੰਦੇ ਸਭ ਤੋਂ ਪਹਿਲੀ ਮਿਸਲ ਕਿਹੜੀ ਬਣੀ ਸੀ? ਇਹ ਵੀ ਕੁਐਸਚਨ ਐਗਜ਼ਾਮਿਨਰ ਦਾ ਫੇਵਰੇਟ ਕੁਐਸਚਨ ਹੋ ਸਕਦਾ ਕਿ ਸਭ ਤੋਂ ਪਹਿਲੀ ਮਿਸਲ ਕਿਹੜੀ ਮਿਸਲ ਬਣੀ ਸੀ? ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ 'ਚ 12 ਮਿਸਲਾਂ ਸਨ। ਸਭ ਤੋਂ ਪਹਿਲੀ ਮਿਸਲ ਸੀ ਜੀ ਫੈਜ਼ਲਪੁਰੀਆ ਮਿਸਲ। ਆਪਸ਼ਨ ਏ ਇਜ਼ ਆ ਰਾਈਟ ਆਨਸਰ। ਸਭ ਤੋਂ ਪਹਿਲੀ ਮਿਸਲ ਕਿਹੜੀ ਸੀ? ਸਭ ਤੋਂ ਪਹਿਲੀ ਮਿਸਲ ਸੀ ਜੀ ਤੁਹਾਡੀ ਫੈਜ਼ਲਪੁਰੀਆ ਮਿਸਲ। ਆਪਸ਼ਨ ਏ ਇਜ਼ ਆ ਰਾਈਟ ਆਨਸਰ। ਨੈਕਸਟ ਕੁਐਸਚਨ ਹੈ ਜਿਹਦਾ ਆਨਸਰ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਪੰਜਾਬ ਦੇ ਵਿੱਚ ਕਿੰਨੀਆਂ ਮਿਸਲਾਂ ਸਨ, ਤਾਂ ਆਪਸ਼ਨ ਸੀ ਇੱਕ ਫ੍ਰੀਕੁਐਂਟ ਤੁਹਾਡੀ ਆਪਾਂ ਰਿਵੀਜ਼ਨ ਕਰਵਾਉਂਦੇ ਜਾ ਰਹੇ ਹਾਂ ਕਿ ਜਿੰਨਾ ਤੁਸੀਂ ਪੜ੍ਹ ਲਿਆ ਤੁਹਾਨੂੰ ਆਉਂਦਾ ਕਿ ਨਹੀਂ ਆਉਂਦਾ। ਠੀਕ ਹੈ, ਥਿਊਰੀ ਆਪਾਂ ਸਾਰੀ ਪੜ੍ਹ ਲੈਂਦੇ ਹਾਂ, ਬਸ ਉਹਨੂੰ ਐਮ ਸੀ ਕਿਊ ਦੇ ਵਿੱਚ ਇੰਪਲੀਮੈਂਟ ਕਰਨਾ ਸਿੱਖਣਾ ਹੈ। ਤਾਂ ਕਿੰਨੀਆਂ ਮਿਸਲ ਸਨ ਸਾਡੇ ਪੰਜਾਬ ਦੇ ਵਿੱਚ? ਤਾਂ ਪੰਜਾਬ ਦੇ ਵਿੱਚ 12 ਮਿਸਲਾਂ ਸਨ। ਮਹਾਰਾਜਾ ਰਣਜੀਤ ਸਿੰਘ ਜੀ ਸੁੱਕਰ ਚੱਕੀਆਂ ਮਿਸਲ ਨੂੰ ਬਿਲੋਂਗ ਕਰਦੇ ਸਨ। ਨੈਕਸਟ ਕੁਐਸਚਨ ਹੈ, ਕਹਿੰਦੇ ਫੋਲੋਅਰਸ ਆਫ ਤੱਟ ਖਾਲਸਾ ਰਿਗਾਰਡਡ ਵਿੱਚ ਆਫ ਦਾ ਫੋਲੋਇੰਗ ਐਸ ਦੇਅਰ ਗੁਰੂ? ਕਹਿੰਦੇ ਤੱਟ ਖਾਲਸਾ ਦੇ ਜਿਹੜੇ ਫੋਲੋਅਰ ਸਨ, ਪੈਰੋਕੌਰ ਸਨ, ਉਹ ਆਪਣਾ ਗੁਰੂ ਕਿਸ ਨੂੰ ਮੰਨਦੇ ਸਨ? ਇਹ ਵੀ ਕੁਐਸਚਨ ਅਗਰ ਐਗਜ਼ਾਮਿਨਰ ਨੇ ਬੱਚਿਆਂ ਨੂੰ ਉਡਾਉਣਾ, ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿ ਤੱਟ ਖਾਲਸਾ ਦੇ ਫੋਲੋਅਰਸ ਕਿਸ ਗੁਰੂ ਸਾਹਿਬਾਨ ਨੂੰ ਮੰਨਦੇ ਸਨ? ਤਾਂ ਆਨਸਰ ਹੋਏਗਾ ਆਪਸ਼ਨ ਏ ਗੁਰੂ ਗੋਬਿੰਦ ਸਿੰਘ ਜੀ ਨੂੰ। ਕਿਸ ਨੂੰ ਆਪਣਾ ਗੁਰੂ ਮੰਨਦੇ ਸਨ? ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਸਨ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਫੋਲੋਅਰ ਆਫ ਬੰਦਈ ਖਾਲਸਾ, ਦੇਖੋ ਤੱਟ ਖਾਲਸਾ, ਸਰਬੱਤ ਖਾਲਸਾ ਜਾਂ ਫਿਰ ਬੰਦਈ ਖਾਲਸਾ, ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਖਾਲਸੇ ਦੇ ਵਿੱਚੋਂ ਅਗਰ ਕੁਐਸਚਨ ਪੁੱਛਣਾ ਤਾਂ ਪੁੱਛ ਸਕਦੇ ਨੇ, ਉਹਨਾਂ ਦੀ ਮਰਜ਼ੀ ਹੈ। ਸੋ ਬੰਦਈ ਖਾਲਸਾ ਵਾਲੇ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ? ਅਗਰ ਤੱਟ ਖਾਲਸਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ, ਅਗਰ ਪੁੱਛਿਆ ਜਾਵੇ ਬੰਦਈ ਖਾਲਸਾ ਤਾਂ ਆਪਣਾ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਨਦੇ ਸਨ। ਠੀਕ ਹੈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਈ ਖਾਲਸੇ ਵਾਲੇ ਆਪਣਾ ਗੁਰੂ ਮੰਨਦੇ ਸਨ। ਨੈਕਸਟ ਕੁਐਸਚਨ ਹੈ, ਕਹਿੰਦੇ ਜਿਹੜਾ ਇਹ ਤੱਤ ਖਾਲਸਾ ਅਤੇ ਬੰਦਈ ਖਾਲਸਾ, ਇਹਨਾਂ ਦੋਨਾਂ ਦੇ ਵਿੱਚ ਸਮਝੌਤਾ ਕਿਸ ਬੰਦੇ ਨੇ ਕਰਵਾਇਆ ਸੀ? ਕਹਿੰਦੇ ਹੂ ਵਾਸ ਦਾ ਮੈਡੀਏਟਰ ਆਫ ਐਗਰੀਮੈਂਟ ਬਿਟਵੀਨ ਤੱਤ ਖਾਲਸਾ ਐਂਡ ਬੰਦਈ ਖਾਲਸਾ? ਕਹਿੰਦੇ ਬੰਦਈ ਖਾਲਸਾ ਅਤੇ ਤੱਤ ਖਾਲਸਾ ਦੇ ਵਿਚਕਾਰ ਜੋ ਇੱਕ ਐਗਰੀਮੈਂਟ, ਇੱਕ ਸਮਝੌਤਾ ਕਰਵਾਇਆ ਸੀ, ਉਹ ਕਿਸਨੇ ਕਰਵਾਇਆ ਸੀ ਜੀ? ਉਹ ਕਰਵਾਇਆ ਸੀ, ਆਪਸ਼ਨ ਡੀ ਇਜ਼ ਆ ਰਾਈਟ ਆਨਸਰ, ਭਾਈ ਮਨੀ ਸਿੰਘ ਨੇ। ਠੀਕ ਹੈ ਜੀ, ਕਿਸਨੇ ਕਰਵਾਇਆ ਸੀ? ਭਾਈ ਮਨੀ ਸਿੰਘ ਨੇ ਕਰਵਾਇਆ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਸਿੱਖ ਹਿਸਟਰੀ ਦਾ ਸਭ ਤੋਂ ਡਾਰਕ ਐਰਾ, ਸਭ ਤੋਂ ਕਾਲਾ ਦੌਰ ਕਿਹੜਾ ਦੌਰ ਰਿਹਾ? ਇਹ ਉਹ ਦੌਰ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ, ਸੋਰੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਡੈਥ ਹੋ ਗਈ ਸੀ 1716 ਜੂਨ, ਦਿੱਲੀ ਦੇ ਵਿੱਚ ਫਰੁਖਸ਼ੀਅਰ ਨੇ ਸ਼ਹੀਦ ਕਰਵਾਇਆ ਸੀ। ਸੋ ਅਗਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਿਗਾਰਡਿੰਗ ਦੇਖਣਾ ਚਾਹੁੰਦੇ ਕੁਐਸਚਨ, ਤਾਂ ਪ੍ਰੀਵੀਅਸ ਵੀਡੀਓ ਤੁਸੀਂ ਦੇਖ ਸਕਦੇ ਹੋ। ਸੋ ਉਹੀ ਟਾਈਮ ਪੀਰੀਅਡ ਸਟਾਰਟ ਹੋਇਆ ਸੀ ਕਾਲੇ ਦੌਰ ਦਾ, 1716 ਤੋਂ ਲੈ ਕੇ
ਬਾਹਰ ਤੱਕ ਜੋ ਪੰਜਾਬ ਦਾ ਸਿੱਖਾਂ ਦਾ ਕਾਲਾ ਦੌਰ ਚੱਲਿਆ ਹੈ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਬੰਦਈ ਖਾਲਸਾ ਵਾਲੇ ਕਿਸ ਰੰਗ ਦੇ ਕੱਪੜੇ ਪਹਿਨਦੇ ਸਨ? ਤਾਂ ਆਨਸਰ ਕੀ ਹੋਏਗਾ ਜੀ? ਆਪਸ਼ਨ ਡੀ, ਰੈੱਡ ਕਲਰ ਦੇ। ਕੁਐਸਚਨ ਪੁੱਛਿਆ ਜਾ ਵੀ ਸਕਦਾ, ਨਹੀਂ ਵੀ ਪੁੱਛਿਆ ਜਾ ਸਕਦਾ, ਬਟ ਆਪਾਂ ਕੋਈ ਕੁਐਸਚਨ ਛੱਡ ਕੇ ਨਹੀਂ ਜਾਣਾ। ਬੰਦਈ ਖਾਲਸਾ ਵਾਲੇ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ, ਅਤੇ ਅਗਰ ਪੁੱਛਿਆ ਜਾਵੇ ਤਾਂ ਕਿ ਤੱਤ ਖਾਲਸਾ ਸੰਪਰਦਾ ਨੇ ਕਿਹੜੇ ਰੰਗ ਦੇ ਕੱਪੜੇ ਪਹਿਨੇ ਸਨ? ਤਾਂ ਆਨਸਰ ਹੋਏਗਾ ਜੀ ਸਾਡਾ ਆਪਸ਼ਨ ਬੀ, ਬਲੂ ਕਲਰ, ਨੀਲਾ ਰੰਗ ਦੇ। ਠੀਕ ਹੈ, ਤੱਤ ਖਾਲਸਾ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਸਨ, ਬੰਦਈ ਖਾਲਸਾ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਰੂ ਮੰਨਦੇ ਸਨ, ਤਾਂ ਰੈੱਡ ਐਂਡ ਬਲੂ ਤੁਸੀਂ ਦੋਨੋਂ ਹੀ ਯਾਦ ਰੱਖਣੇ ਨੇ। ਨੈਕਸਟ ਕੁਐਸਚਨ ਹੈ, ਕਿਹਦੇ ਵਿੱਚ ਸਿੱਖ ਚੀਫ ਵਾਸ ਗਿਵਨ ਦ ਟਾਈਟਲ ਆਫ ਨਵਾਬ ਬਾਏ ਜ਼ਕਰੀਆ ਖਾਨ? ਕਹਿੰਦੇ ਜ਼ਕਰੀਆ ਖਾਨ ਦੇ ਦੁਆਰਾ ਕਿਸ ਸਿੱਖ ਨੂੰ ਨਵਾਬ ਦਾ ਟਾਈਟਲ ਦਿੱਤਾ ਗਿਆ ਸੀ? ਅਤੇ ਇਹ ਤਾਂ ਸਭ ਨੂੰ ਪਤਾ, ਨੋਰਮਲ ਸਭ ਹਰ ਇੱਕ ਬੱਚੇ ਨੂੰ ਪਤਾ ਕਿਸ ਨੂੰ ਦਿੱਤਾ ਗਿਆ ਸੀ? ਸਰਦਾਰ ਕਪੂਰ ਸਿੰਘ ਨੂੰ ਦਿੱਤਾ ਗਿਆ ਸੀ। ਆਪਸ਼ਨ ਸੀ ਇਜ਼ ਆ ਰਾਈਟ ਆਨਸਰ। ਕਿਸ ਨੂੰ ਦਿੱਤਾ ਗਿਆ ਸੀ? ਕਪੂਰ ਸਿੰਘ ਨੂੰ ਨਵਾਬ ਦਾ ਟਾਈਟਲ ਦਿੱਤਾ ਗਿਆ ਸੀ। ਕਿਸਦੇ ਦੁਆਰਾ ਦਿੱਤਾ ਗਿਆ ਸੀ? ਜ਼ਕਰੀਆ ਖਾਨ ਦੇ ਦੁਆਰਾ ਦਿੱਤਾ ਗਿਆ ਸੀ, ਇਹ ਵੀ ਪੁੱਛਿਆ ਜਾ ਸਕਦਾ। ਨੈਕਸਟ ਹੈ ਜੀ ਸਾਡਾ, ਕਹਿੰਦੇ ਵੇਅਰ ਡਿਡ ਦ ਇੰਸੀਡੈਂਟ ਆਫ ਮੇਜਰ ਹੋਲੋਕੋਸਟ ਟੁੱਕ ਪਲੇਸ? ਕਹਿੰਦੇ ਵੱਡਾ ਘੱਲੂਘਾਰਾ ਕਿੱਥੇ ਹੋਇਆ ਸੀ? ਹੁਣ ਇਹ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਜਾਂ ਤੁਸੀਂ ਸਿੱਖ ਫਸਟ ਬੈਟਲ, ਐਂਗਲੋ ਸਿੱਖ ਵਾਰ ਫਸਟ, ਜਾਂ ਫਿਰ ਐਂਗਲੋ ਸਿੱਖ ਵਾਰ ਸੈਕਿੰਡ, ਇਹ ਸਭ ਕੁਛ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਤੁਸੀਂ ਰੱਟ ਲੈਣਾ ਇਹਨਾਂ ਚੀਜ਼ਾਂ ਨੂੰ ਕਿ ਵੱਡਾ ਘੱਲੂਘਾਰਾ ਜਾਂ ਮੇਜਰ ਹੋਲੋਕੋਸਟ ਕਿੱਥੇ ਹੋਇਆ ਸੀ, ਕਦੋਂ ਹੋਇਆ ਸੀ? ਇਹ ਹੋਇਆ ਸੀ ਜੀ ਕੁੱਪ ਵਿਲੇਜ ਦੇ ਵਿੱਚ, 1762 ਦੇ ਵਿੱਚ ਹੋਇਆ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਕਿੱਥੇ ਹਮਲਾ ਕੀਤਾ ਸੀ? ਹਰਿਮੰਦਰ ਸਾਹਿਬ ਦੇ ਉੱਤੇ ਕੀ ਕੀਤਾ ਸੀ? ਹਮਲਾ ਕੀਤਾ ਸੀ। ਠੀਕ ਹੈ ਜੀ, ਹਰ ਫੈਕਟ ਨੂੰ ਰਿਲੇਟ ਕਰਦੇ ਹੋਏ ਚੱਲਣਾ। ਇਹ ਉਹੀ ਟਾਈਮ ਹੈ ਜਦੋਂ ਥਰਡ ਕਾਰਨੇਟਿਕ ਬੈਟਲ ਚੱਲ ਰਹੀ ਸੀ। ਠੀਕ ਹੈ, ਕਾਰਨੇਟਿਕ ਮਦਰਾਸ ਦੇ ਵਿੱਚ ਥਰਡ ਕਾਰਨੇਟਿਕ ਬੈਟਲ ਚੱਲ ਰਹੀ ਸੀ। ਕਾਰਨੇਟਿਕ ਥਰਡ ਬੈਟਲ ਕਦੋਂ ਚੱਲੀ ਹੈ? 1756 ਤੋਂ ਲੈ ਕੇ 1763 ਤੱਕ ਚੱਲੀ ਹੈ। ਉਸੇ ਸਮੇਂ ਇਹ ਪੰਜਾਬ ਦੇ ਵਿੱਚ ਵੀ ਵੱਡਾ ਘੱਲੂਘਾਰਾ ਚੱਲ ਰਿਹਾ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਵਟ ਵਾਜ ਦਾ ਮੇਨ ਸੈਂਟਰ ਆਫ ਦਲ ਖਾਲਸਾ? ਦਲ ਖਾਲਸਾ ਦੇ ਫਾਊਂਡਰ ਕੌਣ ਸਨ ਜਾਂ ਚੀਫ ਕੌਣ ਸਨ? ਜੱਸਾ ਸਿੰਘ ਆਹਲੂਵਾਲੀਆ ਸਨ। ਹੁਣ ਕੁਐਸਚਨ ਪੁੱਛਿਆ ਗਿਆ ਹੈ ਕਿ ਦਲ ਖਾਲਸਾ ਦੇ ਮੇਨ ਸੈਂਟਰ ਕਿਹੜੇ ਸਨ? ਤਾਂ ਆਪਸ਼ਨ ਬੀ, ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਾਹਿਬ ਦੀ ਨੀਂਹ ਪੱਥਰ ਕਿਸਨੇ ਰੱਖਿਆ? ਗੁਰੂ ਰਾਮਦਾਸ ਜੀ ਨੇ। ਪੂਰਾ ਕਿਸਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ ਜੀ, 1604 ਦੇ ਵਿੱਚ ਸਾਡੇ ਪੋਥੀ ਸਾਹਿਬ ਦੀ ਇਸਟੈਬਲਿਸ਼ਮੈਂਟ ਕਿਸਨੇ ਕੀਤੀ? ਗੁਰੂ ਅਰਜਨ ਦੇਵ ਜੀ ਨੇ। ਅਤੇ ਲਿਖਿਆ ਕਿਸਨੇ? ਭਾਈ ਗੁਰਦਾਸ ਜੀ ਨੇ ਲਿਖਿਆ ਸੀ। ਠੀਕ ਹੈ, ਸਭ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਨੈਕਸਟ ਹੈ, ਕਹਿੰਦੇ ਹੂ ਲੇਡ ਦ ਫਾਊਂਡੇਸ਼ਨ ਸਟੋਨ ਆਫ ਬੁੱਢਾ ਦਲ ਐਂਡ ਤਰੁਣਾ ਦਲ? ਦੇਖੋ, ਦੋ ਦਲ ਸਨ, ਬੁੱਢਾ ਦਲ ਸੀ ਅਤੇ ਇੱਕ ਤਰੁਣਾ ਦਲ ਸੀ। ਐਗਜ਼ਾਮੀਨਰ ਇਹ ਵੀ ਪੁੱਛ ਸਕਦਾ ਕਿ ਦੋਨਾਂ ਦੇ ਕੰਮ ਕੀ ਸਨ। ਹੁਣ ਪੁੱਛਿਆ ਕੀ ਗਿਆ ਕਿ ਕਹਿੰਦੇ ਇਹਦਾ ਫਾਊਂਡੇਸ਼ਨ ਸਟੋਨ, ਇਹਦਾ ਨੀਂਹ ਪੱਥਰ ਕਿਸਨੇ ਰੱਖਿਆ ਸੀ? ਤਾਂ ਆਨਸਰ ਹੋਏਗਾ ਆਪਸ਼ਨ ਸੀ, ਬਾਬਾ ਆਲਾ ਸਿੰਘ ਨੇ। ਕਿਸਨੇ ਰੱਖਿਆ ਸੀ? ਬਾਬਾ ਆਲਾ ਸਿੰਘ ਜੀ ਨੇ ਇਸਦਾ ਨੀਂਹ ਪੱਥਰ ਰੱਖਿਆ ਸੀ। ਨੈਕਸਟ ਕੁਐਸਚਨ ਹੈ ਜੀ, ਕਹਿੰਦੇ ਜ਼ਕਰੀਆ ਖਾਨ ਮੇਡ ਐਨ ਐਗਰੀਮੈਂਟ ਵਿਦ ਵਿਚ ਸਿੱਖ ਚੀਫ? ਕਹਿੰਦੇ ਜਿਹੜਾ ਜ਼ਕਰੀਆ ਖਾਨ ਸੀ, ਉਸਨੇ ਸਮਝੌਤਾ ਕਿਹੜੇ ਸਿੱਖ ਨਾਲ ਕੀਤਾ ਸੀ? ਦੇਖੋ, ਜ਼ਕਰੀਆ ਖਾਨ ਨੇ ਜਿਸਨੂੰ ਟਾਈਟਲ ਦਿੱਤਾ ਸੀ, ਪਿੱਛੇ ਪੜ੍ਹ ਕੇ ਆਏ ਹਾਂ, ਉਸਦੇ ਨਾਲ ਹੀ ਸਮਝੌਤਾ ਕੀਤਾ ਹੋਣਾ। ਹੁਣ ਟਾਈਟਲ ਕਿਸ ਨੂੰ ਦਿੱਤਾ ਸੀ? ਸਰਦਾਰ ਨਵਾਬ ਕਪੂਰ ਸਿੰਘ ਨੂੰ। ਅਤੇ ਸਮਝੌਤਾ ਵੀ ਉਸਨੇ ਕਿਸ ਨਾਲ ਕੀਤਾ ਸੀ? ਨਵਾਬ ਕਪੂਰ ਸਿੰਘ ਨੂੰ। ਜਿਸਨੂੰ ਟਾਈਟਲ ਦਿੱਤਾ ਨਵਾਬ ਦਾ, ਉਸੇ ਦੇ ਨਾਲ ਸਮਝੌਤਾ ਕੀਤਾ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਹੂ ਅਮੰਗ ਅਸ ਦਾ ਫੋਲੋਇੰਗ ਵਾਸ ਲਾਸਟ ਮੁਸਲਿਮ ਇਨਵੇਡਰ ਇਨ ਪੰਜਾਬ? ਕਹਿੰਦੇ ਪੰਜਾਬ ਦੇ ਵਿੱਚ ਇਨਵੇਡ ਕਰਨ ਵਾਲਾ ਸਭ ਤੋਂ ਲਾਸਟ ਮੁਸਲਿਮ ਕਿਹੜਾ ਸੀ? ਦੇਖੋ, ਜੇ ਅਸੀਂ ਗੱਲ ਕਰੀਏ ਪਹਿਲੇ ਆਪਸ਼ਨ ਦੀ, ਤਾਂ ਆਪਸ਼ਨ ਦੇ ਅਕੋਰਡਿੰਗ ਜੋ ਸਾਡਾ ਬਾਬਰ ਹੈ, ਉਸਨੇ 1519 ਦੇ ਵਿੱਚ ਪੰਜਾਬ ਦੇ ਵਿੱਚ ਇਨਵੇਡ ਕੀਤਾ ਸੀ। 1530 ਦੇ ਵਿੱਚ ਇਸਦੀ ਡੈਥ ਹੋ ਗਈ ਸੀ। 1526 ਦੇ ਵਿੱਚ ਇਹ ਦਿੱਲੀ ਦਾ ਕੀ ਬਣਿਆ ਸੀ? ਸੁਲਤਾਨ ਬਣਿਆ ਸੀ 1526 ਦੇ ਵਿੱਚ। 1526 ਦੇ ਵਿੱਚ ਇਸਨੇ ਫਸਟ ਪੈਨੀਪਤ ਦੀ ਬੈਟਲ ਇਬਰਾਹਿਮ ਲੋਧੀ ਨਾਲ ਲੜੀ ਸੀ। 1527 ਦੇ ਵਿੱਚ ਖਾਨਵਾ ਬੈਟਲ ਲੜੀ। 1527 ਦੇ ਵਿੱਚ ਚੰਦੇਰੀ ਅਤੇ 1528
1526 ਦੇ ਵਿੱਚ ਪਾਣੀਪਤ ਦੀ ਬੈਟਲ, 1527 ਦੇ ਵਿੱਚ ਉਸਨੇ ਖਾਨਵਾ ਬੈਟਲ ਲੜੀ, 1528 ਦੇ ਵਿੱਚ ਚੰਦੇਰੀ ਅਤੇ 1529 ਦੇ ਵਿੱਚ ਉਸਨੇ ਘਾਗਰ ਬੈਟਲ ਲੜੀ ਅਤੇ 1530 ਦੇ ਵਿੱਚ ਉਸਦੀ ਡੈਥ ਹੋ ਗਈ। ਸੋ ਇਹ ਤਾਂ ਰੂਲਰ ਹੋ ਨਹੀਂ ਸਕਦਾ। ਅੱਗੇ ਅਗਰ ਆਪਾਂ ਸ਼ੇਰ ਸ਼ਾਹ ਸੂਰੀ ਦੀ ਗੱਲ ਕਰੀਏ ਤਾਂ 1539-40 ਵਾਲਾ ਬੰਦਾ ਹੈ ਜਦੋਂ ਹਿਮਾਯੂ ਫਿਰਦਾ ਸੀ। ਤਾਂ ਆਂਸਰ ਕੀ ਆ? ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਲਾਸਟ ਇਨਵੇਡਰ ਕੌਣ ਸੀ? ਅਹਿਮਦ ਸ਼ਾਹ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੇ ਉੱਤੇ 8 ਵਾਰ ਹਮਲਾ ਕੀਤਾ। ਆਉਂਦਾ ਵੀ ਸਿਰਫ ਇਹ ਲੁੱਟਣ ਸੀ, ਕੋਈ ਇਹਦਾ ਇਹ ਮਕਸਦ ਨਹੀਂ ਸੀ ਕਿ ਮੈਂ ਆਪਣਾ ਧਰਮ ਫੈਲਾਵਾਂ, ਇਹ ਸਿਰਫ ਲੁੱਟਣ ਪੱਟਣ ਆਉਂਦਾ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਵਟ ਡਿਡ ਨਾਦਿਰ ਸ਼ਾਹ ਵੈਨ ਡਿਡ ਨਾਦਿਰ ਸ਼ਾਹ ਇਨਵੇਟਡ ਪੰਜਾਬ। ਕਹਿੰਦੇ ਪੰਜਾਬ ਦੇ ਵਿੱਚ ਨਾਦਿਰ ਸ਼ਾਹ ਕਦੋਂ ਆਇਆ ਸੀ? ਇਹ ਵੀ ਪੁੱਛ ਸਕਦੇ ਨੇ ਟਫ ਕਰਨ ਦੇ ਲਈ ਐਗਜ਼ਾਮ ਨੂੰ। ਤਾਂ ਆਂਸਰ ਤੁਹਾਨੂੰ ਪਤਾ ਹੋਏਗਾ ਕਿ 1739 ਦੇ ਵਿੱਚ ਆਇਆ ਸੀ, 1739। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ, ਕਹਿੰਦੇ ਨਾਦਿਰ ਸ਼ਾਹ ਵਾਸ ਅ ਰੂਲਰ ਆਫ ਵਿੱਚ ਪ੍ਰੈਜੈਂਟ ਕੰਟਰੀ। ਕਹਿੰਦੇ ਜਿਹੜਾ ਨਾਦਿਰ ਸ਼ਾਹ ਸੀ, ਅੱਜ ਦੀ ਕਿਹੜੀ ਪ੍ਰੈਜੈਂਟ ਕੰਟਰੀ ਦਾ ਰੂਲਰ ਸੀ? ਤਾਂ ਆਂਸਰ ਹੋਏਗਾ ਜੀ ਤੁਹਾਡਾ ਈਰਾਨ। ਈਰਾਨ ਉਹੀ ਹੈ ਜਿਸ ਨੂੰ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਨੇ ਬਾਹਰ ਕਰ ਦਿੱਤਾ। ਇਹ ਉਹੀ ਈਰਾਨ ਹੈ ਜੋ ਪਰਮਾਨੈਂਟ ਮੈਂਬਰ ਬਣਿਆ। ਕਿਸ ਦਾ ਬਣਿਆ? ਤੁਸੀਂ ਦੱਸੋਗੇ, ਠੀਕ ਹੈ। ਜਿਸਦਾ ਡਾਇਲੋਗ ਮੈਂਬਰ ਕੌਣ ਬਣਿਆ? ਸਾਊਦੀ ਅਰੇਬੀਆ ਬਣਿਆ, ਠੀਕ ਹੈ। ਇਹ ਤੁਸੀਂ ਦੱਸਿਓ ਕਮੈਂਟ ਬਾਕਸ ਦੇ ਵਿੱਚ, ਇਹ ਤੁਹਾਡੇ ਕਰੰਟ ਦੇ ਕੁਐਸਚਨ ਨੇ ਥੋੜ੍ਹੇ। ਨੈਕਸਟ ਕੁਐਸਚਨ ਹੈ, ਕਹਿੰਦੇ ਹੂ ਵਾਸ ਦਾ ਗਵਰਨਰ ਔਫ ਪੰਜਾਬ ਐਟ ਦਾ ਟਾਈਮ ਆਫ ਨਾਦਿਰ ਸ਼ਾਹ ਇਨਵੇਜ਼ਨ। ਕਹਿੰਦੇ ਜਦੋਂ ਨਾਦਿਰ ਸ਼ਾਹ 1739 ਦੇ ਵਿੱਚ ਆਪਾਂ ਗੱਲ ਕੀਤੀ ਕਿ ਨਾਦਿਰ ਸ਼ਾਹ ਆਇਆ, ਕਹਿੰਦੇ ਉਸ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਕੀ ਯਹੀਆ ਖਾਨ, ਅਮੀਰ ਮਨੂ, ਅਬਦੁਲ ਸਮਦ ਖਾਨ ਜਾਂ ਫਿਰ ਜ਼ਕਰੀਆ ਖਾਨ ਸੀ? ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਸਮੇਂ ਅਬਦੁਲ ਸਮਦ ਖਾਨ ਸੀ ਪੰਜਾਬ ਦਾ ਗਵਰਨਰ ਜਦੋਂ ਨਾਦਿਰ ਸ਼ਾਹ ਆਇਆ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਕੀ ਹੈ ਜੀ ਸਾਡਾ? ਕਹਿੰਦੇ ਦੁਰਾਨੀ ਖਾਨਦਾਨ ਦਾ ਸੰਸਥਾਪਕ ਕੌਣ ਸੀ? ਕਹਿੰਦੇ ਦੁਰਾਨੀ ਖਾਨਦਾਨ ਨੂੰ ਕਿਸਨੇ ਬਣਾਇਆ ਸੀ? ਤਾਂ ਆਂਸਰ ਹੋਏਗਾ ਆਪਸ਼ਨ ਬੀ, ਦੁਰਾਨੀ ਇੰਪਾਇਰ ਸੀ ਜੀ ਅਹਿਮਦ ਸ਼ਾਹ ਅਬਦਾਲੀ ਦਾ, ਠੀਕ ਹੈ ਜੀ। ਕਿਸਦਾ ਸੀ? ਅਹਿਮਦ ਸ਼ਾਹ ਅਬਦਾਲੀ ਦਾ ਸੀ ਦੁਰਾਨੀ ਇੰਪਾਇਰ। ਨੈਕਸਟ ਕੁਐਸਚਨ ਹੈ, ਕਹਿੰਦੇ ਵੇਅਰ ਡਿਡ ਅਹਿਮਦ ਸ਼ਾਹ ਅਬਦਾਲੀ ਰੂਲਡ ਫਰੋਮ? ਕਹਿੰਦੇ ਫਿਰ ਇਹ ਅਹਿਮਦ ਸ਼ਾਹ ਅਬਦਾਲੀ ਕਿੱਥੇ ਰੂਲ ਕਰਦਾ ਸੀ? ਇਹ ਕਰਦਾ ਸੀ ਜੀ ਆਪਸ਼ਨ ਬੀ, ਕਾਬੁਲ ਦੇ ਵਿੱਚ ਰੂਲ ਕਰਦਾ ਸੀ। ਕਿੱਥੇ ਕਰਦਾ ਸੀ? ਕਾਬੁਲ ਦੇ ਵਿੱਚ। ਇੱਕ ਤਰੀਕੇ ਦੀ ਤੁਹਾਡੀ ਰਿਵੀਜ਼ਨ ਹੈ ਅਤੇ ਕੁਛ ਮਿਸਲੀਨੀਅਸ ਕੁਐਸਚਨ ਜਿਹੜੇ ਤੁਸੀਂ ਨਹੀਂ ਪੜ੍ਹੇ ਹੋਣਗੇ, ਉਹਦੇ ਲਈ ਇਹ ਸੀਰੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਕੀ ਹੈ ਜੀ ਸਾਡਾ? ਕਹਿੰਦੇ ਹੂ ਵਾਸ ਸੂਬੇਦਾਰ ਆਫ ਪੰਜਾਬ ਡਿਊਰਿੰਗ ਦਾ ਫਸਟ ਇਨਵੇਜ਼ਨ ਆਫ ਅਹਿਮਦ ਸ਼ਾਹ ਅਬਦਾਲੀ? ਕਹਿੰਦੇ ਜਦੋਂ ਪਹਿਲੀ ਵਾਰ ਅਹਿਮਦ ਸ਼ਾਹ ਅਬਦਾਲੀ ਕਿੱਥੇ ਆਇਆ ਸੀ? ਪੰਜਾਬ ਦੇ ਵਿੱਚ ਆਇਆ ਸੀ। ਉਸ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ? ਉਹੀ ਸੂਬੇਦਾਰ ਸੀ ਜਿਸਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਿਹਾ ਸੀ ਆ ਬੈਲ ਮੁਝੇ ਮਾਰ। ਉਸਨੇ ਹੀ ਇਨਵਾਈਟ ਕੀਤਾ ਸੀ ਪੰਜਾਬ ਦੇ ਵਿੱਚ ਹਮਲਾ ਕਰਨ ਨੂੰ। ਕੌਣ ਸੀ? ਸ਼ਾਹ ਨਵਾਜ਼ ਖਾਨ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਕੌਣ ਸੀ? ਸ਼ਾਹ ਨਵਾਜ਼ ਖਾਨ ਸੀ ਸੂਬੇਦਾਰ। ਨੈਕਸਟ ਹੈ, ਕਹਿੰਦੇ ਹੂ ਇਨਵਾਈਟਡ ਅਹਿਮਦ ਸ਼ਾਹ ਅਬਦਾਲੀ ਟੂ ਅਟੈਕ ਪੰਜਾਬ? ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੂੰ ਕਿਸਨੇ ਪੰਜਾਬ 'ਤੇ ਹਮਲਾ ਕਰਨ ਲਈ ਸੱਦਿਆ ਸੀ? ਇਸ ਕੁਐਸਚਨ ਦਾ ਆਂਸਰ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰੋਗੇ, ਕਿਉਂਕਿ ਇੱਕ ਸੈਕਿੰਡ ਪਹਿਲਾਂ ਹੀ ਮੈਂ ਦੱਸ ਚੁੱਕੀ ਹਾਂ ਕਿ ਕਿਸਨੇ ਸੱਦਿਆ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਵੈਨ ਡਿਡ ਅਹਿਮਦ ਸ਼ਾਹ ਅਬਦਾਲੀ ਫਸਟ ਅਟੈਕ ਇਨ ਪੰਜਾਬ? ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ ਪਹਿਲੀ ਵਾਰ ਕਦੋਂ ਅਟੈਕ ਕੀਤਾ ਸੀ ਪੰਜਾਬ 'ਤੇ? ਤਾਂ ਆਂਸਰ ਕੀ ਹੋਏਗਾ? 1747। ਇਸਨੇ ਟੋਟਲ ਕਿੰਨੀ ਵਾਰ ਕੀਤਾ? 8 ਵਾਰ ਕੀਤਾ। 6th ਟਾਈਮ ਇਹਨੇ 1762 ਦੇ ਵਿੱਚ ਕੀਤਾ ਸੀ ਜਦੋਂ ਇਸਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ, ਕਿਉਂਕਿ 1761 ਦੇ ਵਿੱਚ ਇਹ ਮਰਾਠਾਸ ਦੇ ਨਾਲ ਪਾਣੀਪਤ ਦੀ ਤੀਸਰੀ ਬੈਟਲ ਲੜ ਕੇ ਆਇਆ ਸੀ। ਜਾਂਦਾ ਜਾਂਦਾ ਇਹ ਪੰਜਾਬ ਦੇ ਉੱਤੇ ਵੀ ਹਮਲਾ ਕਰ ਗਿਆ। ਸੋ ਕਦੋਂ ਪਹਿਲੀ ਵਾਰ ਕਦੋਂ ਕੀਤਾ ਸੀ? 1747 ਦੇ ਵਿੱਚ। ਨੈਕਸਟ ਹੈ, ਨਾਦਿਰ ਸ਼ਾਹ ਕਦੋਂ ਆਇਆ? 1739 ਦੇ ਵਿੱਚ। ਨੈਕਸਟ ਹੈ, ਕਹਿੰਦੇ ਹੂ ਵਾਸ ਸਕਸੈਸਰ ਆਫ ਅਹਿਮਦ ਸ਼ਾਹ ਅਬਦਾਲੀ? ਕਹਿੰਦੇ ਅਹਿਮਦ ਸ਼ਾਹ ਅਬਦਾਲੀ ਦਾ ਸਕਸੈਸਰ ਕੌਣ ਬਣਿਆ? ਬਹੁਤ ਈਜ਼ੀ ਹੈ ਜੀ, ਬਹੁਤ ਫੇਮਸ ਹੈ, ਤੈਮੂਰ ਸ਼ਾਹ। ਕੌਣ ਬਣਿਆ? ਤੈਮੂਰ ਸ਼ਾਹ ਬਣਿਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ ਜੀ ਸਾਡਾ,
ਕਹਿੰਦੇ ਵਟ ਇਜ਼ ਦਾ ਕਰੈਕਟ ਆਰਡਰ ਆਫ ਗਵਰਨਰ ਆਫ ਪੰਜਾਬ ਕਹਿੰਦੇ ਪੰਜਾਬ ਦੇ ਗਵਰਨਰਸ ਦਾ ਕਰੈਕਟ ਆਰਡਰ ਦੱਸਣਾ ਇਹਨੂੰ ਤਾਂ ਤੁਸੀਂ ਰੱਟ ਹੀ ਲਓ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਕੌਣ ਸੀ ਕਰੈਕਟ ਆਰਡਰ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਅਬਦੁਲ ਸਮਦ ਖਾਨ ਸੀ ਫਿਰ ਜ਼ਕਰੀਆ ਖਾਨ ਸੀ ਫਿਰ ਯਈਆ ਖਾਨ ਸੀ ਅਤੇ ਫਿਰ ਕੌਣ ਸੀ ਮੀਰ ਮਨੂ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਇਹਨਾਂ ਨੂੰ ਰੱਟ ਲਓ ਤੁਸੀਂ ਨੈਕਸਟ ਹੈ ਕਹਿੰਦੇ ਮੀਰ ਦਾ ਖਿਤਾਬ ਕਿਸ ਨੂੰ ਦਿੱਤਾ ਗਿਆ ਸੀ ਕਹਿੰਦੇ ਮੀਰ ਕਿਸ ਨੂੰ ਕਿਹਾ ਜਾਂਦਾ ਸੀ ਮੀਰ ਕਿਹਾ ਜਾਂਦਾ ਸੀ ਜੀ ਸੋਲਜਰਸ ਨੂੰ ਕਿਹਨੂੰ ਕਿਹਾ ਜਾਂਦਾ ਸੀ ਸੈਨਿਕਾਂ ਨੂੰ ਆਪਸ਼ਨ ਬੀ ਇਜ਼ ਆ ਰਾਈਟ ਆਨਸਰ ਕਿਹਨੂੰ ਕਿਹਾ ਜਾਂਦਾ ਸੀ ਮੀਰ ਦਾ ਖਿਤਾਬ ਕਿਸ ਨੂੰ ਦਿੱਤਾ ਜਾਂਦਾ ਸੀ ਸੋਲਜਰਸ ਨੂੰ ਮੀਰ ਕਿਹਾ ਜਾਂਦਾ ਸੀ ਨੈਕਸਟ ਹੈ ਕਹਿੰਦੇ ਡਿਊਰਿੰਗ ਹੂਸ ਗਵਰਨਰਸ਼ਿਪ ਇਨ ਪੰਜਾਬ ਡਿਡ ਸਿੱਖਿਜ਼ਮ ਸਪਲਿਟ ਇਨ ਟੂ ਬੰਦਈ ਐਂਡ ਤਤ ਖਾਲਸਾ ਕਹਿੰਦੇ ਕਿਸ ਦੇ ਸਮੇਂ ਜਿਹੜਾ ਪੰਜਾਬ ਦਾ ਸਿੱਖਿਜ਼ਮ ਹੈ ਉਹ ਦੋ ਖਾਲਸਿਆਂ ਦੇ ਵਿੱਚ ਵੰਡਿਆ ਗਿਆ ਸੀ ਕਿਹੜੇ ਦੋ ਖਾਲਸਿਆਂ ਦੇ ਵਿੱਚ ਬੰਦਈ ਖਾਲਸਾ ਅਤੇ ਤਤ ਖਾਲਸਾ ਇਹ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਸ ਦੇ ਸਮੇਂ ਕੀ ਉਹ ਯਈਆ ਖਾਨ ਸੀ ਜ਼ਕਰੀਆ ਖਾਨ ਸੀ ਅਬਦੁਲ ਸਮਦ ਖਾਨ ਸੀ ਕਿ ਮੀਰ ਖਾਨ ਸੀ ਤਾਂ ਆਨਸਰ ਹੈ ਜੀ ਆਪਸ਼ਨ ਬੀ ਜ਼ਕਰੀਆ ਖਾਨ ਠੀਕ ਹੈ ਜ਼ਕਰੀਆ ਖਾਨ ਦੇ ਸਮੇਂ ਜੋ ਸਿੱਖਿਜ਼ਮ ਸੀ ਉਹ ਦੋ ਖਾਲਸਿਆਂ ਦੇ ਵਿੱਚ ਵੰਡਿਆ ਗਿਆ ਸੀ ਨੈਕਸਟ ਕੁਐਸਚਨ ਹੈ ਕਹਿੰਦੇ ਹਾਊ ਮੈਨੀ ਅਟੈਕਸ ਡਿਡ ਅਹਿਮਦ ਸ਼ਾਹ ਅਬਦਾਲੀ ਔਨ ਪੰਜਾਬ ਇਨ ਟੋਟਲ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ ਟੋਟਲ ਕਿੰਨੇ ਅਟੈਕ ਕੀਤੇ ਸੀ ਪੰਜਾਬ 'ਤੇ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿੰਨੇ ਅਟੈਕ ਸੀ ਜੀ ਤਾਂ ਇਹ ਅਟੈਕ ਸੀ ਸਾਡੇ 8 ਆਪਸ਼ਨ ਬੀ ਇਜ਼ ਆ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਕਹਿੰਦੇ ਵੈਨ ਡਿਡ ਅਹਿਮਦ ਸ਼ਾਹ ਅਬਦਾਲੀ ਡਿਸਟਰੋਏ ਹਰਿਮੰਦਰ ਸਾਹਿਬ ਇਹ ਉਹ 6th ਅਟੈਕ ਸੀ ਉਸਦਾ ਜਿਸ ਦੇ ਉੱਤੇ ਉਸਨੇ ਹਰਿਮੰਦਰ ਸਾਹਿਬ ਨੂੰ ਡਿਸਟਰੋਏ ਕੀਤਾ ਸੀ ਇਹ ਸੀ ਜੀ ਕਦੋਂ 1762 ਦੇ ਵਿੱਚ ਕਦੋਂ ਸੀ 1762 ਦੇ ਵਿੱਚ ਨੈਕਸਟ ਕੁਐਸਚਨ ਹੈ ਕਹਿੰਦੇ ਛੋਟਾ ਘੱਲੂਘਾਰਾ ਕਦੋਂ ਹੋਇਆ ਸੀ ਠੀਕ ਹੈ ਪਤਾ ਹੋਣਾ ਚਾਹੀਦਾ ਜਦੋਂ ਕਾਰਨੇਟਿਕ ਦੀ ਫਸਟ ਬੈਟਲ ਚੱਲ ਰਹੀ ਸੀ ਕਦੋਂ 1746 ਤੋਂ 1748 ਉਸੇ ਸਮੇਂ ਪੰਜਾਬ ਦੇ ਵਿੱਚ ਵੀ ਛੋਟਾ ਘੱਲੂਘਾਰਾ ਚੱਲਦਾ ਸੀ ਤਾਂ ਆਪਸ਼ਨ ਏ ਇਜ਼ ਆ ਰਾਈਟ ਆਨਸਰ ਸੈਕਿੰਡ ਕਾਰਨੇਟਿਕ ਬੈਟਲ ਕਦੋਂ ਹੋਈ 1748 ਤੋਂ 1754 ਤੀਸਰੀ ਕਦੋਂ ਹੋਈ ਆਲਰੇਡੀ ਮੈਂ ਦੱਸ ਚੁੱਕੀ ਹੈ 1756 ਤੋਂ 1763 ਇਸੇ ਸਮੇਂ ਦੌਰਾਨ 1760 ਦੇ ਵਿੱਚ ਕਿਹੜੀ ਬੈਟਲ ਹੋਈ ਬੰਡੀ ਵਾਸ਼ ਬੈਟਲ ਹੋਈ 1757 ਦੇ ਵਿੱਚ ਬੈਟਲ ਆਫ ਪਲਾਸੀ ਹੋਈ 1764 ਦੇ ਵਿੱਚ ਬੈਟਲ ਆਫ ਬਕਸਰ ਹੋਈ ਸਾਰੀਆਂ ਇੰਪੋਰਟੈਂਟ ਲੜਾਈਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੈਕਸਟ ਕੁਐਸਚਨ ਹੈ ਜੀ ਸਾਡਾ ਕਹਿੰਦੇ ਵਟ ਵਾਜ਼ ਦਾ ਮੇਨ ਓਬਜੈਕਟਿਵ ਆਫ ਅਹਿਮਦ ਸ਼ਾਹ ਅਬਦਾਲੀ ਅਟੈਕ ਔਨ ਪੰਜਾਬ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਦੇ ਉੱਤੇ ਅਟੈਕ ਕਰਨ ਦਾ ਸਭ ਤੋਂ ਇੰਪੋਰਟੈਂਟ ਮੋਟਿਵ ਕੀ ਸੀ ਠੀਕ ਹੈ ਕਿਉਂ ਕਰਨਾ ਚਾਹੁੰਦਾ ਸੀ ਕੀ ਉਹ ਉਸਦੀ ਸਾਮਰਾਜੀ ਇੱਛਾ ਸ਼ਕਤੀ ਨੂੰ ਪੂਰਤੀ ਕਰਨ ਲਈ ਜਾਂ ਇਸਲਾਮ ਦਾ ਪ੍ਰਚਾਰ ਕਰਨ ਲਈ ਜਾਂ ਉਸਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੁਛ ਨਹੀਂ ਚਾਹੁੰਦਾ ਸੀ ਉਹ ਬੇਦਮਾਗਾ ਸਿਰਫ ਕੀ ਕਰਨਾ ਸੀ ਲੁੱਟਣ ਆਉਂਦਾ ਸੀ ਠੀਕ ਹੈ ਲੁੱਟ ਦੌਲਤ ਕਰਨ ਆਉਂਦਾ ਸੀ ਲੁੱਟਿੰਗ ਕਰਨ ਆਉਂਦਾ ਸੀ ਦੈਟਸ ਇਟ ਕਹਿੰਦੇ ਵੇਅਰ ਡਿਡ ਛੋਟਾ ਘੱਲੂਘਾਰਾ ਟੇਕ ਪਲੇਸ ਵੱਡਾ ਆਪਾਂ ਪੜ੍ਹ ਚੁੱਕੇ ਹਾਂ ਕੁੱਪ ਦੇ ਵਿੱਚ ਹੋਇਆ ਸੀ ਕੁੱਪ ਵਿਲੇਜ ਦੇ ਵਿੱਚ ਅਤੇ ਛੋਟਾ ਹੋਇਆ ਸੀ ਕਾਨੂੰਵਾਨ ਦੇ ਵਿੱਚ ਠੀਕ ਹੈ ਛੋਟਾ ਕਿੱਥੇ ਹੋਇਆ ਸੀ ਕਾਨੂੰਵਾਨ ਦੇ ਵਿੱਚ ਹੋਇਆ ਸੀ ਨੈਕਸਟ ਹੈ ਕਹਿੰਦੇ ਵੇਅਰ ਡਿਡ ਵੱਡਾ ਘੱਲੂਘਾਰਾ ਇੰਸੀਡੈਂਟ ਹੈਪਨ ਵੈਨ ਡਿਡ ਸੋਰੀ ਕਦੋਂ ਹੋਇਆ ਸੀ ਮੈਂ ਆਲਰੇਡੀ ਬਹੁਤ ਵਾਰ ਦੱਸ ਚੁੱਕੀ ਹਾਂ ਕਿ ਕਦੋਂ ਹੋਇਆ 1762 ਦੇ ਵਿੱਚ ਵੱਡਾ ਘੱਲੂਘਾਰਾ ਹੋਇਆ ਇੰਨੀ ਵਾਰ ਕੁਐਸਚਨਸ ਨੂੰ ਮੋਡੀਫਾਈ ਕਰਕੇ ਇੱਕੋ ਚੀਜ਼ ਐਗਜ਼ਾਮੀਨਰ ਨੇ ਬਹੁਤ ਤਰੀਕੇ ਨਾਲ ਪੁੱਛ ਸਕਦਾ ਮੈਂ ਸਾਰੇ ਹੀ ਤਰੀਕੇ ਤੁਹਾਨੂੰ ਦੱਸ ਚੁੱਕੀ ਹਾਂ ਇੱਥੇ ਹੀ ਤੁਹਾਨੂੰ ਯਾਦ ਹੋ ਜਾਣਾ ਇਸ ਇੱਕ ਹੀ ਵੀਡੀਓ ਦੇ ਵਿੱਚ ਕਿ ਇਸ ਟੋਪਿਕ ਦੀ ਤੁਹਾਨੂੰ ਪੂਰੇ ਤਰੀਕੇ ਨਾਲ ਕਲੈਰਿਟੀ ਹੋ ਜਾਏਗੀ ਨੈਕਸਟ ਹੈ ਕਹਿੰਦੇ ਦਾ ਮੇਜਰ ਹੋਲੋਕੌਸਟ ਇੰਸੀਡੈਂਟ ਟੁੱਕ ਪਲੇਸ ਡਿਊਰਿੰਗ ਐਨ ਅਟੈਕ ਆਫ ਅਹਿਮਦ ਸ਼ਾਹ ਅਬਦਾਲੀ ਵਿੱਚ ਅਟੈਕ ਦਿਸ ਕਹਿੰਦੇ ਵੱਡਾ ਘੱਲੂਘਾਰਾ ਸੀ ਜਿਸ ਸਮੇਂ ਉਸ ਸਮੇਂ ਵੀ ਅਟੈਕ ਕਰਕੇ ਗਿਆ ਅਹਿਮਦ ਸ਼ਾਹ ਅਬਦਾਲੀ ਕਦੋਂ 1762 ਦੇ ਵਿੱਚ ਕਹਿੰਦੇ ਕਿਹੜਾ ਅਟੈਕ ਸੀ ਉਹ ਸੀ ਜੀ ਸਾਡਾ 6th ਅਟੈਕ ਕਿਹੜਾ ਸੀ ਆਪਸ਼ਨ ਬੀ 6ਵਾਂ ਅਟੈਕ ਸੀ ਅਹਿਮਦ ਸ਼ਾਹ ਅਬਦਾਲੀ ਦਾ ਉਹ ਨੈਕਸਟ ਹੈ ਕਹਿੰਦੇ ਵਿੱਚ ਸਿੱਖ ਚੀਫ ਅਮੰਗ ਦਾ ਫੋਲਿੰਗ ਵਾਸ ਵਨ ਟੂ ਲੂਟ ਅਹਿਮਦ ਸ਼ਾਹ ਅਬਦਾਲੀ ਐਂਡ ਨਾਦਿਰ ਸ਼ਾਹ ਮੋਸਟ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਸਿੱਖ ਮੁਖੀ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਿਰ ਸ਼ਾਹ ਨੂੰ ਸਭ ਤੋਂ ਵੱਧ ਲੁੱਟਣ ਵਾਲਾ ਸੀ ਕਿਹੜਾ ਸੀ ਜੀ ਉਹ ਸੀ ਸਾਡਾ ਜੱਸਾ ਸਿੰਘ ਰਾਮਗੜੀਆ ਠੀਕ ਹੈ ਕਿਹੜਾ ਸੀ ਉਹ ਜੱਸਾ ਸਿੰਘ ਰਾਮਗੜੀਆ ਸੀ ਨੈਕਸਟ ਕੁਐਸਚਨ ਹੈ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਦੇ ਸਿੱਖਾਂ ਵਿਰੁੱਧ ਅਸਫਲ ਹੋਣ ਦਾ ਮੁੱਖ ਕਾਰਨ ਕੀ ਸੀ ਕਹਿੰਦੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਮਰਾਠਾ ਨੂੰ ਹਰਾ ਕੇ ਆ ਗਿਆ ਸੀ
ਕਹਿੰਦੇ ਬਟ ਉਹ ਸਿੱਖਾਂ ਦੇ ਸਾਹਮਣੇ ਨਹੀਂ ਟਿਕ ਸਕਿਆ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਸੀ ਦ ਰਿਲੀਜੀਅਸ ਸਟਰੋਂਗ ਅਟੈਂਸ਼ਨਸ ਅਮੰਗ ਸਿੱਖਸ ਕਹਿੰਦੇ ਸਿੱਖਾਂ ਵਿੱਚ ਧਾਰਮਿਕ ਜੋਸ਼ ਤੇ ਪੱਕੇ ਇਰਾਦੇ ਨੂੰ ਦੇਖ ਕੇ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਅੱਗੇ ਟਿਕ ਨਹੀਂ ਸੀ ਸਕਦਾ ਆਪਸ਼ਨ ਏ ਇਜ਼ ਅ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਕਹਿੰਦੇ ਵਟ ਵਾਜ਼ ਦ ਮੇਨ ਪੋਲੀਟੀਕਲ ਅਫੈਕਟ ਆਫ ਅਹਿਮਦ ਸ਼ਾਹ ਅਬਦਾਲੀ ਅਟੈਕ ਔਨ ਪੰਜਾਬ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ 8 ਹਮਲੇ ਕੀਤੇ ਪੰਜਾਬ 'ਤੇ ਕਹਿੰਦੇ ਉਹਦਾ ਇਫੈਕਟ ਕੀ ਨਿਕਲਿਆ ਉਹਦਾ ਇਫੈਕਟ ਇਹ ਨਿਕਲਿਆ ਕਿ ਇਹਨਾਂ ਦੇ ਨਾਲ ਜਿਹੜੀ ਸਿੱਖ ਸ਼ਕਤੀ ਸੀ ਉਹ ਉੱਭਰ ਕੇ ਸਾਹਮਣੇ ਆਈ ਠੀਕ ਹੈ ਕੀ ਹੋਇਆ ਰਾਈਜ਼ ਆਫ ਸਿੱਖ ਪਾਵਰ ਠੀਕ ਹੈ ਕੀ ਦੇਖਣ ਨੂੰ ਮਿਲ ਗਿਆ ਸਿੱਖਾਂ ਦੀ ਸ਼ਕਤੀ ਦਾ ਉਭਾਰ ਦੇਖਣ ਨੂੰ ਮਿਲਿਆ ਨੈਕਸਟ ਹੈ ਕਹਿੰਦੇ ਛੋਟਾ ਘੱਲੂਘਾਰਾ ਇੰਸੀਡੈਂਟ ਟੁੱਕ ਪਲੇਸ ਡਿਊਰਿੰਗ ਦ ਟੈਨਿਓਰ ਆਫ ਵਿੱਚ ਸੂਬੇਦਾਰ ਕਹਿੰਦੇ ਜਿਹੜਾ ਛੋਟਾ ਘੱਲੂਘਾਰਾ ਹੋਇਆ ਸੀ ਕਦੋਂ ਹੋਇਆ ਸੀ 1746 ਦੇ ਵਿੱਚ ਉਹ ਕਿਸੇ ਸਮੇਂ ਹੋਇਆ ਸੀ ਇਸ ਦਾ ਕਮੈਂਟ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓਗੇ ਠੀਕ ਹੈ ਜੀ ਸੋ ਆਨਸਰ ਹੈ ਜੀ ਇਹਦਾ ਆਪਸ਼ਨ ਸੀ ਸੋ ਇਸਦੇ ਨਾਲ ਹੀ ਸਾਡੀ ਅੱਜ ਦੀ ਸੀਰੀਜ਼ ਕੰਪਲੀਟ ਹੁੰਦੀ ਹੈ ਤੁਹਾਡੀ ਇੱਕ ਰਿਵੀਜ਼ਨ ਹੈ ਅਤੇ ਬਹੁਤ ਫਰੂਟਫੁਲੀ ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਤੁਸੀਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਤੁਹਾਨੂੰ ਅਸੀਂ ਵੱਧ ਤੋਂ ਵੱਧ ਕੰਟੈਂਟ ਪ੍ਰੋਵਾਈਡ ਕਰ ਸਕੀਏ ਥੈਂਕ ਯੂ ਸੋ ਮੱਚ ਮਿਲਦੇ ਹਾਂ ਨੈਕਸਟ ਲੈਕਚਰ ਦੇ